ਅੰਮ੍ਰਿਤ ਵੇਲੇ ਦਾ ਦਰਗਾਹੀ ਸਮਾਂ ਪਾਤਸ਼ਾਹ ਨੇ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਨੂੰ ਦਿੱਤਾ ਹੈ। ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਹਾੜੇ ਦੀ ਬਹੁਤ ਬਹੁਤ ਅਨੰਤ ਅਨੰਤ ਵਧਾਈਆਂ। ਗੁਰਗੱਦੀ ਦਿਹਾੜਾ ਅੱਜ ਗੁਰਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੀ ਸੀ। ਗੁਰੂ ਨਾਨਕ ਦੀ ਪੰਜਵੀਂ ਜੋਤ, ਪੰਜਵੇਂ ਗੁਰੂ ਨਾਨਕ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਵਾਏ। ਸਾਰੀ ਖਲਕਤ ਨੂੰ ਮਹਾਰਾਜ ਦੇ ਗੁਰਤਾ ਗੱਦੀ ਦਿਹਾੜੇ ਦੀ ਅਨੰਤ ਅਨੰਤ ਵਧਾਈਆਂ ਜੀ। ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਦੇ ਵਿੱਚ, ਪਾਤਸ਼ਾਹ ਦੀ ਮਹਿਮਾ ਦੇ ਵਿੱਚ ਅੱਜ ਬਹੁਤ ਵੱਡਾ ਦਿਹਾੜਾ। ਸਾਧ ਸੰਗਤ, ਕੋਈ ਛੋਟਾ ਦਿਹਾੜਾ ਨਹੀਂ। ਕੋਈ ਛੋਟਾ ਜਿਹਾ ਵੀ ਬੰਦਾ ਕਿਸੇ ਵੱਡੀ ਸੀਟ ਤੇ ਬਹਿੰਦਾ, ਭਾਵੇਂ ਕੋਈ ਛੋਟੀ ਸੀਟ ਤੇ ਵੀ ਬੈਠੇ, ਉਹ ਵੀ ਸਾਧ ਸੰਗਤ ਖੁਸ਼ੀ ਦੇ ਵਿੱਚ ਕੁਝ ਨਾ ਕੁਝ ਵੰਡਦਾ ਫਿਰਦਾ ਹੈ। ਇਹ ਤਾਂ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਨ੍ਹਾਂ ਬਾਰੇ ਭੱਟਾ ਨੇ ਕਿਹਾ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰ ਹਰੀ ਦਾ ਰੂਪ। ਫਿਰ ਹਰੀ ਦਾ ਰੂਪ ਹੀ ਨਹੀਂ ਕਿਹਾ, ਕਹਿੰਦੇ ਪ੍ਰਤੱਖ ਹਰ ਆਪ ਹੀ ਸਿੰਘਾਸਨ ਤੇ ਬੈਠਾ। ਆਖੋ ਸਤਨਾਮ, ਪੂਰੀ ਸ਼ਿੱਦਤ ਦੇ ਨਾਲ, ਭਾਵਨਾ ਦੇ ਨਾਲ ਜੁੜਿਓ ਸਾਧ ਸੰਗਤ ਜੀ। ਭਾਵਨਾ ਨੂੰ ਹੀ ਰੰਗ ਲੱਗਦੇ ਨੇ। ਆਓ ਸਾਰੇ ਕਿਰਪਾ ਕਰਿਓ, ਲਿੰਕ ਆਪ ਜੀਆਂ ਕੋਲ ਪਹੁੰਚ ਗਿਆ ਹੋਏਗਾ। ਅੱਜ ਵੀ ਮੈਂ ਬਿਨੈ ਕਰਾਂਗਾ ਤੁਹਾਡੇ ਚਰਨਾਂ 'ਚ ਹੱਥ ਬਣ ਕੇ, ਪੂਰਾ ਪਰਿਵਾਰ ਇਕੱਠਾ ਹੋਵੋ, ਇਕੱਠੇ ਸਾਧ ਸੰਗਤ ਬੈਠੋ। ਕੋਈ ਇੱਕ ਅੱਧਾ ਸਰੀਰ ਆਰਾਮ ਕਰ ਰਿਹਾ ਹੋਵੇ ਉਹਨੂੰ ਵੀ ਉਠਾ ਦਿਓ, ਉਠਾ ਦਿਓ। ਅੱਜ ਦਾਤਾਂ ਲੁੱਟਣ ਦਾ ਸਮਾਂ ਹੈ। ਆਖੋ ਸਤਨਾਮ, ਅੱਜ ਝੋਲੀਆਂ ਭਰਵਾਉਣ ਦਾ ਦਿਹਾੜਾ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਕੋਲੋਂ। ਜੋ ਸੋਵਤ ਹੈ ਸੋ ਖੋਵਤ ਹੈ, ਜੋ ਜਾਗਤ ਹੈ ਸੋ ਪਾਵਤ ਹੈ। ਘਰ ਦੇ ਵਿੱਚ ਹੀ ਇੱਕ ਪਾ ਰਿਹਾ ਹੋਵੇ, ਇੱਕ ਗਵਾ ਰਿਹਾ ਹੋਵੇ, ਗੱਲ ਬਣਦੀ ਨਹੀਂ। ਜੇ ਦੋ ਪਾ ਰਹੇ ਨੇ ਤੇ ਬਾਕੀ ਗਵਾ ਰਹੇ ਨੇ, ਉਹਨਾਂ ਦੇ ਵੀ ਚਰਨਾਂ 'ਚ ਬੇਨਤੀ ਕਰੋ, ਭਾਈ ਗਵਾਉਣ ਦਾ ਸਮਾਂ ਨਹੀਂ, ਇਹ ਪਾਉਣ ਦਾ ਸਮਾਂ ਹੈ, ਇਹ ਝੋਲੀਆਂ ਭਰਵਾਉਣ ਦਾ ਸਮਾਂ ਹੈ। ਭਾਵੇਂ ਇੱਕ ਮੋਬਾਈਲ ਖੁੱਲਿਆ ਹੋਵੇ, ਪੂਰਾ ਪਰਿਵਾਰ ਸਾਹਮਣੇ ਬੈਠਿਆ ਹੋਵੇ, ਭਾਵੇਂ ਟੀਵੀ 'ਚ ਲਾ ਲਓ, ਅੱਗੇ ਇੱਕ ਓਂਕਾਰ ਚੈਨਲ ਦੇ ਵਿੱਚ ਵੀ ਲਾਈਵ, ਜਿੱਥੇ ਤੁਹਾਡੀ ਮੌਜ ਬਣਦੀ ਹੈ। ਪਰ ਅੰਮ੍ਰਿਤ ਵੇਲੇ ਦੇ ਨਾਲ ਜੁੜੋ। ਅੱਜ ਦਿਹਾੜਾ ਬਹੁਤ ਵੱਡਾ ਹੈ, ਬਹੁਤ ਵੱਡਾ ਦਿਹਾੜਾ ਹੈ। ਸਤਸੰਗ ਕਰਿਓ ਕਿਰਪਾ, ਕੋਈ ਰਸਨਾ ਹੁਣ ਵਾਂਝੀ ਨਾ ਰਹੇ, ਸਾਰੇ ਬੋਲਿਓ ਜੀ, ਸਾਰੇ ਬੋਲਿਓ। ਵਾਹਿਗੁਰੂ ਵਾਹ।
Bye.
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰ ਚ ਬੋਲੋ ਵਾਹਿਗੁਰੂ ਧੰਨ ਵਾਹਿਗੁਰੂ
धन वाहे गुरु, धन वाहे वाहे गुरु जी, वाहे गुरु जी, वाहे गुरु जी, वाहे गुरु जी, जी वाहे गुरु जी, वाहे गुरु जी, वाहे अर्जन देव महाराज जी दे प्यार च जपो जपो धन गुरु अर्जन देव साहेब जी, 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 धन गुरु अर्जन धन गुरु अर्जन देव साहेब जी, धन गुरु अर्जन देव साहेब जी, धन गुरु अर्जन धन गुरु अर्जन देव साहेब जी, धन गुरु अर्जन देव साहेब, धन गुरु अर्जन देव साहेब जी, धन गुरु अर्जन देव साहेब, धन गुरु अर्जन देव साहेब, धन गुरु अर्जन देव साहेब जी, धन गुरु अर्जन देव साहेब जी, धन गुरु अर्जन देव साहेब, धन गुरु अर्जन देव साहेब जी, धन गुरु अर्जन धन गुरु अर्जन देव साहेब जी, धन गुरु अर्जन देव साहेब जी, धन गुरु अर्जन देव धन गुरु अर्जन देव साहेब जी, धन गुरु अर्जन देव साहेब जी, धन गुरु अर्जन गुरु अर्जन देव साहेब जी, धन गुरु अर्जन देव साहेब जी, धन गुरु अर्जन देव साहेब जी, तारिया जहां लया अभिमान, तारिया जहां लया अभिमान, तारिया जहां लया
धन गुरु अर्जन देव साहिब जी धन गुरु अर्जन देव साहिब जी धन गुरु अर्जन देव जी धन गुरु अर्जन देव साहिब जी धन गुरु अर्जन देव साहिब जी धन गुरु अर्जन देव साहिब जी कमाई है कमाई कर लो कमाई अपने पुन बनाओ पुन कल मैं यो पुन गुण गोविंद गाए
तख्त बैठा अर्जन गुरु सतगुरु का खेवे चंदोवा सिमरो सिमरो वाहे गुरु 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 Bye.
ਧੰਨ ਗੁਰੂ ਅਰਜਨ ਦੇਵ ਜੀ, 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 ਵਾਹਿਗੁਰੂ 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 ਤੁਧ ਚੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਚੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਚੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਚੇਵੜ ਦਾ ਤਾਰ ਤੁਧ ਸਭ ਸੈ ਨੂੰ ਗਾਨ ਦਿੱਤਾ, ਖੰਡੀ ਪਰਪੰਡੀ ਪਾਤਾਲੀ ਪੂਰੀ ਸਭ ਲੋਏ, ਖੰਡੀ ਪਰਪੰਡੀ ਪਾਤਾਲੀ ਪੂਰੀ ਸਭ ਲੋਏ, ਧੰਨ ਗੁਰੂ ਅਰਜਨ ਦੇਵ ਜੀ, 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 ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ, ਮੰਗਤੇ ਕੋਲ ਦੋ ਗੁਣ ਹੋਣ ਕਦੇ ਖਾਲੀ ਨਹੀਂ ਜਾਂਦਾ, ਰੱਜ ਕੇ ਸਿਫਤਾਂ, ਰੱਜ ਕੇ ਸਿਫਤਾਂ ਤੇ ਮੰਗਣ ਦੀ ਜਾਚ, ਆਖੋ ਸਤਨਾਮ, ਇਹ ਦੋ ਚੀਜ਼ਾਂ, ਮੰਗਣ ਦੀ ਜਾਚ। ਇੱਕ ਬਾਦਸ਼ਾਹ ਦੇ ਕੋਲ ਕੋਈ ਆਇਆ ਫਰਿਆਦੀ, ਔਰ ਮਹਿਮਾ ਕਰੀ ਜਾ ਰਿਹਾ ਕਰੀ ਜਾ ਰਿਹਾ, ਰਾਜਨ ਤੁਸੀਂ ਏਦਾਂ, ਰਾਜਨ ਤੁਸੀਂ ਦਿਆਲੂ, ਤੁਸੀਂ ਕਿਰਪਾਲੂ, ਤੁਸੀਂ ਦਾਤਾਰ ਹੋ, ਤੁਹਾਡੇ ਵਰਗਾ ਕੋਈ ਮਹਿਮਾ ਕਰੀ ਜਾ ਰਿਹਾ ਕਰੀ ਜਾ ਰਿਹਾ। ਰਾਜਾ ਕਹਿੰਦਾ ਬਸ ਕਰ, ਹੁਣ ਦੱਸ ਚਾਹੀਦਾ ਕੀ ਹੈ, ਆਖੋ ਸਤਨਾਮ, ਵਾਹਿਗੁਰੂ। ਤਰਤੀਬ ਹੈ ਮੰਗਣ ਦੀ, ਅੱਜ ਗੁਰਤਾ ਗੱਦੀ ਦਿਹਾੜਾ ਮਹਾਰਾਜ ਦਾ, ਗਰੀਬ ਨਿਵਾਜ, ਅੱਜ ਪੰਜਵੇਂ ਗੁਰੂ ਨਾਨਕ ਗਵਾਏ, ਆਖੋ ਸਤਨਾਮ, ਵਾਹਿਗੁਰੂ। ਛੋਟੀ ਬਾਤ ਹੈ, ਅੱਜ ਨਿਰੰਕਾਰ ਰੂਪ ਹੋ ਕੇ ਬੈਠੇ ਹੋ ਸੱਚੇ ਪਾਤਸ਼ਾਹ, ਤੁਹਾਡੇ ਚਰਨ ਸ਼ਰਨ ਦੇ ਵਿੱਚ ਅਸੀਂ ਬੈਠੇ ਹਾਂ ਗਰੀਬ ਨਿਵਾਜ, ਆ ਕਿਰਪਾ ਕਰ ਦਿਓ। ਹਾਂ ਆਇਆ ਦੂਰੋਂ ਛੱਤ ਕੇ, ਮੈਂ ਤੱਕੀ ਤੋ ਸ਼ਰਣਾਏ ਜੀਓ, ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਸਾਰੇ ਜਪੋ, ਧੰਨ ਗੁਰੂ ਅਰਜਨ ਦੇਵ ਜੀ,
ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ। ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਤੱਕੀ ਗਵਾਏ ਜੀਓ, ਮੇਰਾ ਸਭ ਦੁੱਖ ਗਵਾਏ ਜੀਓ, ਮੇਰਾ ਸਭ ਦੁੱਖ ਗਵਾਏ ਜੀਓ, ਮੇਰਾ ਸਭ ਗਵਾਏ ਜੀਓ। ਧੰਨ ਗੁਰੂ ਅਰਜਨ ਦੇਵ ਜੀ, 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 ਵਾਹਿਗੁਰੂ 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 ਕਈ ਜਨਮ ਗਜਮੀਨ ਕੁਰੰਗਾ ਦੂਰੋਂ ਚੱਲ ਕੇ, ਕਈ ਜਨਮ ਪੰਖੀ ਸਰ ਖੋਇਓ, ਕਈ ਜਨਮ ਐਵਰ ਵਿਖ ਜੋਇਓ, ਦੂਰੋਂ ਚੱਲ ਕੇ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਦੂਰੋਂ ਚੱਲ ਕੇ ਦੂਰੋਂ ਚੱਲ ਸਤਿਗੁਰ ਆਇਓ ਸ਼ਰਨ ਤੁਹਾਰ, ਸਤਿਗੁਰ ਆਇਓ ਮੈਂ ਤੱਕੀ ਤੋ ਸ਼ਰਨ ਆਏ ਜੀਓ, ਮੈਂ ਤੱਕੀ ਤੋ ਸ਼ਰਨ ਆਏ ਜੀਓ, ਸਤਿਗੁਰ
आयो शरण तुहारी सतगुर आयो शरण अर्जन देव जी धन गुरु 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 अर्जन देव जी चिंता लाए हमारी चिंता लाए हमारी सब दुख गवाए जियो सब दुख गवाए जियो। अच्छा आज ता दिहाड़ा ही बड़ा वड्डा है, आज ता दिहाड़ा ही बड़ा वड्डा है। चोलियां अड के बैठे हमारा अब बख्शिश करो ਤੁਹਾਡੇ ਲਈ ਕਿਹੜੀ ਵੱਡੀ ਬਾਤ ਹੈ। ਕਲਮ ਹੱਥ ਤੁਹਾਡੇ, ਜਿੱਦਾਂ ਦੇ ਮਰਜ਼ੀ ਲੇਖ ਲਿਖਦੇ, ਜਿੱਦਾਂ ਨੂੰ ਭਾਵੇਂ ਜਿਹੜੇ ਮਰਜ਼ੀ ਲੇਖ ਨੂੰ ਮੇਟਦੇ, ਭਾਵੇਂ ਜਿਹੜੇ ਮਰਜ਼ੀ ਲੇਖ ਲਿਖਦੇ, ਹੱਥ ਤੁਹਾਡੇ ਕਰ। ਮੇਰਾ ਸਭ ਦੁੱਖ ਗਵਾਏ ਜੀਓ, ਮੇਰਾ ਸਭੋ ਦੁੱਖ ਗਵਾਏ ਜੀਓ, ਮੇਰਾ ਸਭੋ ਗਵਾਏ ਜੀਓ। ਅੰਮ੍ਰਿਤ ਵੇਲਾ ਜੇ ਭਿੱਜ ਕੇ ਬੋਲਿਓ, ਅੰਦਰੋਂ ਅੰਦਰੋਂ ਬੋਲੋ। ਮੇਰਾ ਸਭੋ ਦੁੱਖ ਗਵਾਏ ਜੀਓ, ਮੇਰਾ ਸਭੋ ਦੁੱਖ ਗਵਾਏ ਜੀਓ, ਸਭੋ ਧੰਨ ਗੁਰੂ ਅਰਜਨ ਦੇਵ ਜੀ, 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 ਧੰਨ ਗੁਰੂ ਅਰਜਨ ਦੇਵ ਜੀ। ਮੇਰੇ ਪੰਜਵੇਂ ਗੁਰੂ ਨਾਨਕ ਜੀ, ਮੇਰੇ ਪੰਜਵੇਂ ਗੁਰੂ ਨਾਨਕ ਜੀ, ਮੇਰੇ ਪੰਜਵੇਂ ਗੁਰੂ ਨਾਨਕ ਜੀ, ਹਾਂ ਹਾਂ ਮੇਰੇ ਪੰਜਵੇਂ ਗੁਰੂ ਨਾਨਕ ਜੀ, ਮੇਰੇ ਪੰਜਵੇਂ ਗੁਰੂ ਨਾਨਕ ਜੀ, ਮੇਰੇ ਪੰਜਵੇਂ ਗੁਰੂ ਨਾਨਕ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ,
ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਨੇ ਧੰਨ ਗੁਰੂ ਅਰਜਨ ਦੇਵ ਜੀ 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 ਧੰਨ ਗੁਰੂ ਅਰਜਨ ਜਪੋ
जपो, आप कहते ने जपो। जन नानक को गुर एह पत दीनी, जप हर भौजल धरना। जप श्री वाहे गुरु साहिब जी, साहेब जी
मेहमान कहीं ना जाए, गुर समर्थ देव मेहमान कहीं ना जाए, गुर समर्थ देव मेहमान कहीं न जाए, गुर समर्थ देव मेहमान कहीं न जाए, गुर पार ब्रह्म परमेश्वर अपरंपर अलख अपे, परमेश्वर अपरंपर अलख अपेव, गुर पार ब्रह्म परमेश्वर अपरंपर अलख अपेव, गुर पार ब्रह्म परमेश्वर अपरंपर अलख सतगुर तन तन जिन परम गल तोड़िया, सो सतगुर तन तन जिन परम गल तोड़िया, धन गुरु अर्जन देव साहिब जी, धन गुरु अर्जन देव साहिब जी, धन गुरु अर्जन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी, धन गुरु अर्जन देव साहिब जी, सो सतगुर तन तन जिन परम गल तोड़िया, सो सतगुर तन तन सतगुर वाहो वाहो जिन हर सिओ जोड़िया, सो सतगुर वाहो वाहो जिन हर सिओ जोड़िया, धन गुरु अर्जन देव साहिब जी, धन गुरु अर्जन देव साहिब जी, धन गुरु अर्जन धन गुरु अर्जन देव साहिब जी, 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 जिन हर सिओ जोड़िया, जिन हर सिओ जोड़िया,
धन श्री गुरु ग्रंथ साहिब जी धन श्री गुरु ग्रंथ साहिब जी धन श्री गुरु ग्रंथ धन श्री बोलो धन श्री गुरु ग्रंथ साहिब जी धन श्री गुरु ग्रंथ साहिब जी धन श्री गुरु ग्रंथ ਕਿੱਥੋਂ ਦੇਣੀਆਂ ਦੇ ਦਿਆਂਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਬਾਣੀ ਰਚ ਕੇ ਬਾਣੀ ਸੰਗ੍ਰਹਿ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਸਾਸਨ ਇੱਕ ਜਹਾਜ਼ ਤਿਆਰ ਕਰ ਦਿੱਤਾ ਜਿਹਨੇ ਪਾਰ ਲੰਘਣਾ ਹੈ करो सवारी बाणी दी आखो सतना दुनिया दे सारे ग्रंथ सारे जितने भी ले पूजनीक ने दुनिया दे सारे ग्रंथ रब दियां गल्लां करदे ने रब दियां ਵਾਹਿਗੁਰੂ ਇੱਕ ਐਸਾ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਉਹ ਜਿਹੜਾ ਰੱਬ ਦੇ ਨਾਲ ਹੀ ਗੱਲਾਂ ਕਰਾਉਂਦੀ ਆ ਆਖੋ ਸਤਨਾਮ ਜਿਨ ਹਰ ਸੇ ਜੋੜਿਆ ਜਿਨ ਹਰ ਸੇ ਜੋੜਿਆ ਸੋ ਸਤਗੁਰ ਵਾਹੋ ਵਾਹੋ ਜਿਨ ਹਰ ਸੇ ਜੋੜਿਆ ਸੋ ਸਤਗੁਰ ਵਾਹੋ परमेश्वर अपरंपर अलक अपेव गुरु पार ब्रह्म परमेश्वर अपरंपर अलक अपेव गुरु पार ब्रह्म परमेश्वर अपरंपर अलक अपेव गुरु पार ब्रह्म ਅਖੁੱਟ ਗੁਰ ਦੇ ਦਾਰੂ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ ਗੁਰ ਦੇ ਦਾਰੂ ਗੁਰ ਦੇ ਦਾਰੂ ਗੁਰ ਦੇ
महा रोग बिकराल तिने बिदारुओ महा रोग बिकराल तिने बिदारुओ पाया नाम निधान बहुत जन्म अपार आप पछानिया जिता आप पछानिया आप पछानिया आप पछानिया पार ब्रह्म परमेश्वर अपरंपर अलख अवे गुर पार ब्रह्म परमेश्वर अपरंपर अलख जी गुर पार ब्रह्म परमेश्वर अपरंपर अलख अवे गुर पार अपरंपर अलख महिमा कहीं न जाए गुर समर्थ दे महिमा वाहेगुरु 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 महिमा कही न जाए गुर समर्थ देव महिमा महिमा कही न जाए गुर समर्थ देव समरथ देव गुर समरथ गुर निरंकार गुर ऊंचा अगम अपार ओ अगम है क्या कथे कथन हारे गुर की महिमा अगम है क्या कथे कथन हारे क्या क...
कथे कथन हार, क्या कथे कथन। इनू फिर की कहांगे, जेवा एक कवन गुण कही है, जेवा एक कवन गुण कही है, जेवा एक कवन गुण कही है, जेवा एक कवन, जेवा एक कवन गुण कही है, जेवा एक कवन गुण कही है, जेवा एक बेशुमा बेअंत स्वामी तेरो अंत न के नहीं लई है, बेशुमार बेअंत अंत न के नहीं लई है, महिमा कही ना जाए गुर समरथ दे, परंपर लखे अबे गुरुपार ब्रह्म गुर पार ब्रह्म परमेश्वर अपरंपर लखे अबे परंपर अलख अबे गुर पार ब्रह्म परमेश्वर अपरंपर अलख अबे गुर पार ब्रह्म परमेश्वर अपरंपर अलख अबे बड़ा वड्डा दिहाड़ा है सात संग जी, धन गुरु अर्जन देव महाराज सच्चे पातशाह जी का गुरता गद्दी दिहाड़ा कह के तो भावे आम इदा ही आप लंघा देंगे ध्यान सुने कह
कह के तो ऐदा ही लंघा दिने आ, पर किधरे भावना रख लो सा संगत, छोटा दिहाड़ा नहीं, छोटा दिहाड़ा नहीं। अज दे दिन महाराज तख्त ते सुभायमान होए सन, आखो सतनाम वाहिगुरु। और अज दे दिन गुरु रामदास महाराज जी ने पांच पैसे नारियल रख के गुरु अर्जन देव महाराज जी नु मथा टेकया, गुरता दित्ते, छोटा दिया, सारे जगत नु निवा दित्ता धन गुरु अर्जन साहब महाराज सच्चे पातशाह जी दे अग्गे। अजो दिहाड़ा कह के तो ऐदा ही लंघा दिने आ, हर एक दिहाड़े नु माणी है, हर एक दिहाड़े दी कीमत है। जिन्ना डेप्थ च जावांगे ना उन्ना स्वाद आएगा, आनंद आएगा। जिन्ना कीमती कल दा दिहाड़ा सी धन गुरु ग्रंथ साहिब महाराज दा पहला प्रकाश दिहाड़ा, उन्ना कीमती आज दा दिहाड़ा। तोहे था बाणी का बोहित, ये वर दत्ता सी जी धन गुरु अमरदास महाराज सच्चे पातशाह जी, धन गुरु अर्जन देव महाराज जी, नाना जी सन, दोता लगदे सन गुरु अर्जन देव महाराज जी। दोहिता बाणी का बोहित, ये ओ बाणी रचेगा जिस बाणी ने दुनिया नू पार लंघाना है, आखो सतनाम। सारे ग्रंथ सत्कार योग ने, पर साध संगत जो गुरता दा मान, जो गुरु करके मान, जो प्रतख सत्कार धन गुरु ग्रंथ साहब महाराज सचे पातशाह जी दा, मैनू बख्श लेना किते भी। कर्मा वाले हो, इको पंक्ति दे वेच गुरु ने सानू एक ज्ञान दिता है, अपने गुरु नू देखण दी दृष्टि दसी है, अपने गुरु नू वेखण दी दृष्टि किहो जी लियाओ, क्यों जी लियाओ। कई ना समझ इंसान कह देंदे ने कि जी दस संत होए ने मुड़ के संत नहीं, गुरु नानक नू भी संत कह रहे, गुरु अंगद साहब नू भी संत कह रहे, ना समझ इंसान। अमृत दृष्ट पेखे होए संत, ओए मेरे गुरु नानक दी निगाह ऐसी है जिस पापी नू भी वेख लवे ने अमृत दृष्टि दे नाल, ओ संत बन जे। साहिब कहिंदे अपने गुरु नू वेखना ही, आ तैनू मैं दृष्टि देना, तैनू देखण वाली अख देना, किस अख दे नाल वेखेगा, किस भावना दे नाल अपने गुरु नू वेखेगा। जी पातशाह करो ना कृपा, बड़े पटकाण वाले बैठे हुए ने, बड़े पटकाण वाले बैठे ने, गुरु आम है, गुरु संत है, गुरु पातशाह तुसी दसो मैं अपने गुरु नू केड़ी भावना दे नाल वेखा। हाय हाय, फिर साहिब बोले आ इस भावना नाल वेखी, गुर पार ब्रह्म परमेश्वर अपरंपर अलख अपेव, गुर पार ब्रह्म परमेश्वर अपरंपर अलख अपेव। साहिब कहिंदे आ भावना नाल वेखी, अपने गुरु नू वेखण लगा ते आ भावना नाल वेखी कि गुरु मेरे पार ब्रह्म ने, गुर पार ब्रह्म, पार ब्रह्म तो घट तक गल कीती नहीं, गवारा ही नहीं। कोई तुहानू साध संगत जेड़ा बख्श लेना, मैनू लफ्ज वरतण लगा, दुखी तिकी दा जेड़ा प्रचारक चार किताबां जीआं पढ़ के ते ए समझाना शुरू कर देंदे ने कि गुरु नानक आम, गुरु नानक बंदा, गुरु नानक संत, ओए हट पासे हो, हट पासे हो, तेरी बिरती होएगी एहो जी,
पर मैनू मेरे साहब ने की समझाया, मैं तेरी मन्ना कि अपने साहब की मन्ना, तेरी बात नू मैं सुना कि अपने साहब की बात नू सुना। हथ पासे हो वे मेरी भावना नू उदे त्रेड़ी विच ना लिया। गुरु मेरी भावना नू होर प्रबल करदे ने, कहिंदे ओए जे अपने सतगुरु नू वेखणा ही ते किहड़ी भावना नाल वेखेगा। गुर पार ब्रह्म, पार ब्रह्म परमेश्वर, तू थले तां गल कीती ही नहीं, कीती ही नहीं गल। कहिंदे गुर पार ब्रह्म परमेश्वर, अपरंपर, अपरंपर हुंदा है जी जिहदा परला कंडा ही ना नजर आंदा, मेरे गुरु आखो सतना गुर पार ब्रह्म परमेश्वर अपरंपर अलख जिहड़ा लखिया ना जा सके। की बयान कर लांगे जी, एक जबान मास दी लोथ, एक ही जबान कर, एक ही बयान कर लेगी गुरु नानक दी महिमा। जेबा एक कवन बयान कर लेगी, सारी जिंदगी लग्या रवा साध संग जी पासकू भी नहीं पहुंच सकता मैं, गुरु नानक दी महिमा दे पासकू भी नहीं पहुंच सकता जी। अपरंपर अलख अपेव जिदा कोई भेद नहीं पाया जा सकता, पाया ही नहीं जा सकता भेद। की खेडा ने गुरु नानक दियां, की खेडा ने साध संगत, वह खेडा का पारावार ही नहीं, वह खेडा का असी अंत पा ही नहीं सकते। आखो सतना, बस खाली सीस निवा के सिजदे करना ही बनता है, सीस निवा के शुक्र शुक्र करना ही बनता है। आखो सतना, वड्डी भावना रखिया करो अपने साहिब ते, वड्डी सतगुरु वड्डा कर सलाईए, वड्डा कर सलाईए, रब तो उपर भी कोई शै है ते ओ मेरे गुरु ने। आखो सतना, सत श्री अकाल। रब कौन है, देखे किसी ने रब कौन है? जिन्हों गुरु विच्चों ही रब नजर नहीं आया उदे लई रब है ही नहीं। आखो सतना, जिन्हों अपने गुरु चो रब नजर नहीं आया, जिन्हों गुरु नानक ही रब नजर नहीं आया उदे लई रब है भी नहीं, है ही नहीं रब उदे लई कोई। पंडित शिवदत्त दियां अखां दे नाल वेखो ना, पंडित शिवदत्त जी जात दे ब्राह्मण ने, पंडित ने, किस अख दे नाल बाजां वाले नूं वेख्या, तू ही मेरा राम है। आखो सतना, तू ही मेरा कृष्ण है। कुछ नजर ही नहीं आता उस तो परे, परे नजर ही नहीं आता। सिजदे महाराज सिजदे पुठे हो गए सन, पीर भीखण छा दे। आखो सतना, सिजदा पूरब नूं करद्या करद्या हो गया पछम नूं। आखो सतना, सारे हैरान हुण इबादत करदिआं विच कोई खलड़ नहीं पाई, पर जो इबादत हो गई ते पीर भीखण शाह नूं सारे पुछण लगे, कहिंदे पीर जी बड़ी सेवकी सी, बड़ी चाकरी, बड़ी सेवकी सी जी उन्होंने, बड़ा रुतबा सी। सारे सेवक खड़े हो गए, मुरीद खड़े हो गए सारे, पीर जी आ की कीता जी, साडे सिजदे इधर पूरब वाले पासे, अज पछम वाले पासे तुसीं सिजदे कीते? भाई पूरब वाले पासे क्यों करते हैं, दसो पूरब वाले पासे क्यों? जी साडा मक्का है इत्थे, जी साडा मक्का है इत्थे। कहते फिर मक्के वाला जड़ा वो आज पछम च अवतार धार चुका है। आखो सतना, मक्के वाला मैं मक्के नू करा कि मक्के वाले नू सिजदे करा? ये दसो, आख लियाओ, आख लियाओ अपने गुरु नूं देखण वाली अख। पार ब्रह्म तो घट गल ही नहीं करनी जी, रब तो घट गल ही नहीं करनी। गुर पार ब्रह्म परमेश्वर अपरंपर अलख अभेव, इन्नी दृढ़ता अपने अंदर लियाओ, इन्ना अकीदा लियाओ
और अगर कोई प्रचारक अगर कोई तुहानू ज्ञानी इदां दा बोल बोलदियां सुनाई दिंदा है मूंह ते उहदे जवाब मंगिया करो उहदे मूंह ते खड़ के जवाब मंगिया करो ओए दस फिर आ पंक्ति की बोलदी पई गुरपार ब्रह्म जवाब भजन नू राह ना मिले उहनू आखो सतनाम तू त्रेड़ियां पाना तू मेरी भावना नू थले लिया तन तन बाबा नानक सिंह जी कहिंदे सन कहिंदे जितना वड्डा करके गुरु नू सलाएगा जितना वड्डा करके कहिंदे उन्नियां वड्डियां दातां तेरी झोली च रब पाएगा जिन्हें गुरु की पूजा की जिन नानक सतगुर जिन्हें गुरु की पूजा की अंदरों की एक ठोक के की डंके की चोट च की जिन्हें गुरु नू छुपाया नहीं जिन नानक सतगुर पूजिया तिन हर पूज करा सतगुर कृपा करन मेहर करन धन गुरु अर्जन देव महाराज सचे पातशाह जी दा अज गुरता गद्दी दिहाड़ा है मेरा मन है साध संगत आओ जिथे महिमा होई उथे फिर नाल मंग भी एक रखी है पातशाह दे चरण च पहले आओ पंक्तियां पढ़िए करिए जी समाप्ति सारे कृपा करियो महिमा कही ना जाए गुर समर्थ देव महिमा जाए गुर समर्थ देव गुर पार ब्रह्म परमेश्वर अपरंपर अलख अवे गुर पार ब्रह्म परमेश्वर अपरंपर पातशाह जी की पार बख्शिश मरती है संगतां दा प्यार अज भी कल वर्गा सात संग जी दास देखण नूं मिले यतन करो मैं एक बेनती करन लगा हुण जिवें कल गुरु ग्रंथ साहिब महाराज दा पहला प्रकाश दिहाड़ा लंघिया अज गुरु अर्जन देव महाराज का गुरगद्दी दिहाड़ा कल हुण गुरु रामदास महाराज सचे पातशाह जी का ज्योति जोत दिहाड़ा खाली गुरपुरब वाले दिन ही अमृत वेला क्यों ये अमृत वेला जे सिख की जिंदगी सिख की जान बन जाए मैं सच कहना रोज मैनू कहिंदे आ कोई शर्म नहीं जी रोज ही गुरपुरब है आखो सतना हाँ सदा दिवाली साधकी सदा दिवाली साधकी साध दी तां सदा ही दिवाली है करमा वालियो रोज तां गुरु ग्रंथ साहिब महाराज तुहानू कुछ ना कुछ दे के तोड़दे ने मैं बोलिया दे के तोड़दे ने सानू नहीं पता लग रहा बादशाह दे दरबार दे विच कोई आए शहनशाह दे दरबार च आवे और गुण गावे रीज रीज के गावे ते शहनशाह खाली तोरे नामुमकिन नामुमकिन और दुनिया दा शहनशाह शायद तोड़ देवे आ शहनशाह नहीं तोड़णगे सच और जड़ियां लाइव संगतां वेख रही किधरे तुसी ना सोचो ये ना सोचो कि भई इत्थे दरबार च ही खाली ना जेड़ा जिथे जिथे बैठा देशां विदेशां च बैठा जेड़ा अमृत वेले उठ के भजन कर रहे हैं जेड़ा अमृत वेले उठ के जे तुसी गुरु नानक नूं नहीं वेख रहे गुरु नानक दा प्रतख वेख रहे ने तुहानूं हाजर नाजर वेख रहे ने हाजर नाजर ने
ਕਰਮਾਂ ਵਾਲੇ ਉਹ ਰੋਜ਼ ਕੁਝ ਨਾ ਕੁਝ ਗੁਰੂ ਨਾਨਕ ਦੇ ਰਹੇ ਨੇ। ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਨਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਢਾਈ ਤਿੰਨ ਘੰਟੇ ਦੋ ਤਿੰਨ ਘੰਟੇ ਇਬਾਦਤ ਦੇ ਵਿੱਚ ਜੁੜਦਾ ਹੈ। ਹੁਣ ਸਿਮਰਨ ਸਾਧਨਾ ਤੋਂ ਪਹਿਲੇ ਜਦੋਂ ਲਿੰਕ ਆਉਂਦਾ, ਲਿੰਕ ਤੋਂ ਪਹਿਲਾਂ ਕਈ ਸ਼੍ਰੀ ਤੁਹਾਡੇ ਵਿੱਚੋਂ ਕਈ ਸ਼੍ਰੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੁਣ ਤਾਂ ਐਸੀ ਬਖਸ਼ਿਸ਼ਾਂ ਵਰਤ ਰਹੀਆਂ ਨੇ ਮੇਰੇ ਗੁਰੂ ਨਾਨਕ ਦੀਆਂ, ਐਸਾ ਰਹਿਮਤ ਦਾ ਛੱਟਾ ਵਰਤ ਰਿਹਾ। ਦੋ ਦੋ ਢਾਈ ਢਾਈ ਵਜੇ ਡੇਢ ਡੇਢ ਵਜੇ ਉੱਠ ਉੱਠ ਕੇ ਸਾਧ ਸੰਗਤ ਜੀ ਇਸ਼ਨਾਨ ਕਰਕੇ, ਕੋਈ ਪੂਰਾ ਨਿਤਨੇਮ, ਕੋਈ ਪੂਰਾ ਸੁਖਮਨੀ ਸਾਹਿਬ, ਕਿਵੇਂ ਕਿਵੇਂ ਸਾਧ ਸੰਗਤ ਨੇਮ ਭੁਗਤਾ ਕੇ ਫਿਰ ਉਡੀਕਦੇ ਨੇ। ਹੁਣ ਲਿੰਕ ਆਉਣਾ ਆ ਕੋ ਸਤਨਾਮ ਲਿੰਕ, ਚੌਂਕੜੇ ਲਾ ਕੇ ਬਹਿੰਦੇ ਨੇ ਦੋ ਦੋ ਢਾਈ ਢਾਈ ਘੰਟੇ ਦੀ। ਆ ਹੁਣ ਗੁਰੂ ਦੀ ਕਿਰਪਾ, ਪੂਰਾ ਯਤਨ ਕੀਤਾ ਜਾ ਰਿਹਾ। ਕੱਲ ਤੋਂ ਦਾਸ ਨੇ ਪੂਰਾ ਯਤਨ ਸ਼ੁਰੂ ਕੀਤਾ। ਤੁਸੀਂ ਕੁਛ ਦੇਖਿਓ ਕਿ ਲਗਭਗ 3:46 ਤੇ, ਅੱਗੇ 50-52 ਤੇ ਲਿੰਕ ਜਾਂਦਾ ਸੀ, ਇੱਥੇ ਹੁਣ 46-47 ਤੇ ਸਾਧ ਸੰਗਤ ਐਨ ਮਤਲਬ 4:15 ਲਿੰਕ ਚਲਾ ਜਾਂਦਾ ਇੱਥੇ ਬਾਬਾ ਜੀ ਦੀ ਕਿਰਪਾ ਦੇ ਨਾਲ। ਅੱਜ ਵੀ ਮੇਰਾ ਖਿਆਲ 46 ਤੇ ਚਲਾ ਗਿਆ ਸੀ ਲਿੰਕ, ਇੱਥੋਂ ਮਤਲਬ 4:15 ਸਾਧ ਸੰਗਤ ਗੁਰੂ ਦੀ ਕਿਰਪਾ। ਹੁਣ 4:15 ਤੋਂ ਲੈ ਕੇ 5:30 ਤੱਕ 2.5 ਘੰਟੇ ਬਣਦੇ ਨੇ, 2.5 ਘੰਟੇ 5:30 ਤੱਕ। ਹੁਣ ਆਹ 2.5 ਘੰਟੇ ਰਸ ਲਿਆ ਤੁਸੀਂ, ਗੁਰੂ ਗੁਰੂ ਕੀਤਾ ਤੇ ਸਾਧ ਸੰਗਤ ਅਸੀਂ ਕੀ ਸਮਝਦੇ ਹਾਂ ਕਿ ਗੁਰੂ ਐਵੇਂ ਖਾਲੀ ਜਾਣ ਦੇਣਗੇ? ਰੋਜ਼ ਕੁਝ ਨਾ ਕੁਝ ਜ਼ਰੂਰ ਦਿੰਦੇ ਹੋਣਗੇ, ਭਾਵੇਂ ਇੱਥੋਂ ਕੁਝ ਕੱਟਦੇ ਹੋਣਗੇ ਤੇ ਭਾਵੇਂ ਕੁਝ ਲਿਖਦੇ ਹੋਣਗੇ। ਆਖੋ ਸਤਨਾਮ ਸੱਚ। ਬਹੁਤ ਵੱਡੀਆਂ ਜਿਹੜੀਆਂ ਅੱਗੇ ਆਉਣ ਵਾਲੀਆਂ ਮੁਸੀਬਤਾਂ ਨੇ ਉਹਨਾਂ ਨੂੰ ਮਹਾਰਾਜ ਨਿੱਕੇ ਕਰਦੇ ਹੋਣਗੇ ਕਿ ਆਹ ਮੇਰੇ ਬੱਚੇ ਨੇ ਇਬਾਦਤ ਕੀਤੀ ਹੈ, ਨਿੱਕੀ ਕਰਦੇ ਨਿੱਕੀ ਕਰ ਲੰਘਾ ਦਿਓ ਏਦਾਂ ਹੀ। ਆਖੋ ਸਤਨਾਮ, ਪਤਾ ਵੀ ਨਾ ਲੱਗੇ ਮੇਰੀ ਬੱਚੀ ਨੂੰ ਆਇਆ ਤੇ ਕਦੋਂ ਚਲਾ ਗਿਆ ਦੁੱਖ। ਆਖੋ ਸਤਨਾਮ। ਰੋਜ਼ ਇਹ ਭਜਨ ਜਿਹੜਾ ਕਰ ਰਹੇ ਹੋ ਇਹ ਖਾਲੀ ਨਹੀਂ ਜਾ ਰਿਹਾ, ਕੁਝ ਦੇ ਕੇ ਜਾ ਰਿਹਾ। ਇਸ ਲਈ ਰੋਜ਼ ਸਾਧ ਸੰਗਤ ਜੀ, ਰੋਜ਼ ਆਪਣੇ ਗੁਰੂ ਦੇ ਪਿਆਰ ਚ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰ ਚ, ਤੁਸੀਂ ਕੱਲ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਿਆਰ ਚ ਤੇ ਕੱਲ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਨਾਨਕ ਉਹਨਾਂ ਦੇ ਪਿਆਰ ਚ, ਏਦਾਂ ਹੀ ਰੋਜ਼ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਨਾਨਕ ਵੀ ਨੇ, ਗੁਰੂ ਅੰਗਦ ਸਾਹਿਬ ਵੀ ਨੇ, ਗੁਰੂ ਅਮਰਦਾਸ ਦਸੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਚਲੋ ਮੈਨੂੰ ਦੱਸੋ, ਪਟਨਾ ਸਾਹਿਬ ਜਾਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਸ ਭਾਵਨਾ ਨਾਲ ਵੇਖਦੇ? ਬੰਗਲਾ ਸਾਹਿਬ ਜਾਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਸ ਭਾਵਨਾ ਨਾਲ ਵੇਖਦੇ? ਸੀਸਗੰਜ ਸਾਹਿਬ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਸ ਭਾਵਨਾ ਨਾਲ ਵੇਖਦੇ ਹੋ? ਖੰਡੂਰ ਸਾਹਿਬ ਜਾਂਦੇ ਹੋ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਸ ਭਾਵਨਾ ਨਾਲ ਦੇਖਦੇ ਹੋ? ਗੋਇੰਦਵਾਲ ਸਾਹਿਬ ਜਾਂਦੇ ਹੋ ਮੱਥਾ ਟੇਕਣ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਸ ਭਾਵਨਾ ਨਾਲ ਦੇਖਦੇ ਹੋ? ਕਰਮਾਂ ਵਾਲੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਜਾਂਦੇ ਹੋ, ਇਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਨਾ, ਫਿਰ ਕਿਸ ਭਾਵਨਾ ਨਾਲ ਵੇਖਦੇ ਹੋ? ਸੱਚੇ ਪਾਤਸ਼ਾਹ ਕਿਰਪਾ ਕਰਨ, ਰੋਜ਼ ਹੀ ਸਾਡੀ ਸਾਧ ਸੰਗਤ ਦੀਵਾਲੀ, ਰੋਜ਼ ਹੀ ਸਾਧ ਸੰਗਤ ਸਾਡੇ ਗੁਰਪੁਰਬ ਨੇ। ਅੰਮ੍ਰਿਤ ਵੇਲਾ ਜਿਹਨੇ ਸੰਭਾਲ ਲਿਆ ਉਹ ਫਿਰ ਰੋਜ਼ ਹੀ ਗੁਰਪੁਰਬ ਮਨਾ ਰਿਹਾ। ਆਖੋ ਸਤਨਾਮ। ਮੈਨੂੰ ਬਖਸ਼ ਲੈਣਾ, ਮੈਂ ਇਹ ਗੱਲ ਕਹੀ ਹੈ, ਇਸ ਕਰਕੇ ਕਹੀ ਹੈ ਕਿਉਂਕਿ ਸਾਧ ਸੰਗਤ ਰੋਜ਼ ਜਾਗੀਏ, ਰੋਜ਼ ਜਾਗੀ। ਦੋ ਤਿੰਨ ਦਿਨ ਜਾਗ ਗਏ ਫਿਰ ਸੋ ਗਏ, ਚੰਗਾ ਗੁਰਪੁਰਬ ਮਨਾਇਆ, ਚੰਗਾ ਗੁਰਪੁਰਬ ਮਨਾਇਆ ਬਈ। ਗੁਰਪੁਰਬ ਵਾਲੇ ਦਿਨ ਹੀ ਜਾਗਣਾ, ਇਹ ਤਾਂ ਫਿਰ ਰੁੱਤੀ ਪਿਆਰ ਹੋ ਗਿਆ ਸਾ ਕਿ ਸੰਗਰਾਂਦ ਵੇਲੇ ਖਾਲੀ ਗੁਰਦੁਆਰੇ ਜਾਣਾ ਹੈ। ਸਤਨਾਮ। ਸੰਗਰਾਂਦ ਵੇਲੇ ਗੁਰਦੁਆਰੇ ਜਾਣਾ ਨਹੀਂ, ਕਰਮਾਂ ਵਾਲੇ ਗੁਰੂ ਨਾਨਕ ਕਿਰਪਾ ਕਰਨ, ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਨਾਲ ਕੰਢ ਦੇਣ। ਅੱਜ ਵੀ ਬਹੁਤ ਲਾਈਵ ਦੇ ਵਿੱਚ ਸੰਗਤਾਂ ਸਾਧ ਸੰਗਤ ਗੁਰੂ ਨੇ ਅਸੀਸ ਦਿੱਤੀ ਹੈ ਤੁਹਾਨੂੰ, ਤੁਸੀਂ ਗੁਰੂ ਪਿਆਰ 'ਚ ਜਾਗਿਓ। ਹੁਣ ਕੱਲ੍ਹ ਦਾ ਦਿਹਾੜਾ, ਵੈਸੇ ਤਾਂ ਮੈਂ ਹੁਣ ਬੋਲ ਬੈਠਾ ਵਾਂ ਰੋਜ਼ ਹੀ ਗੁਰਪੁਰਬ, ਪਰ ਕੱਲ੍ਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ, ਕੱਲ੍ਹ ਹਰਿਮੰਦਰ ਦਰਸ਼ਨ, ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦੀ 'ਚ ਬੈਠਾਂਗੇ। ਆਖੋ ਸਤਨਾਮ। ਸਾਰੇ ਭਾਈ ਕੱਲ੍ਹ ਵੀ ਪੂਰਾ ਪਰਿਵਾਰ ਜਾ ਕੇ, ਕੋਈ ਸਰੀਰ ਸਾਧ ਸੰਗਤ ਕੋਈ ਇੱਕ ਵੀ ਘਰ ਦਾ ਸਰੀਰ ਰਹਿਣਾ ਨਹੀਂ ਚਾਹੀਦਾ, ਬੱਚੇ ਤੋਂ ਬੱਚਾ, ਵੱਡੇ ਤੋਂ ਵੱਡਾ, ਸਭ ਨੂੰ ਉਠਾ ਕੇ ਇਕੱਠੇ ਬਹਿ ਜਾਇਆ ਕਰੋ। ਇੱਕ ਮੋਬਾਈਲ ਖੋਲ ਲਿਆ, ਇੱਕ ਟੀਵੀ ਲਾ ਲਿਆ, ਸਾਰੇ ਇਕੱਤਰ ਹੋ ਕੇ ਬੈਠੇ ਕੋਸ਼ਿਸ਼ ਕਰਿਆ ਕਰੋ
ਭਾਵੇਂ ਤੁਸੀਂ 5-6 ਸਰੀਰ ਹੋ ਕਰਦੇ ਔਰ ਸਾਰੇ ਹੀ ਮੋਬਾਈਲ ਖੋਲਦੇ ਨੇ ਠੀਕ ਹੈ ਭਾਵੇਂ ਵਿਊਵਰ ਵੱਧਦਾ ਪਰ ਆਨੰਦ ਕਿਸ ਚੀਜ਼ ਦੇ ਵਿੱਚ ਹੈ ਆਨੰਦ ਇਸ ਚੀਜ਼ ਦੇ ਵਿੱਚ ਇੱਕ ਇੱਕ ਮੋਬਾਈਲ ਤੇ ਸਾਰੇ ਇਕੱਠੇ ਹੋ ਕੇ ਸੰਗਤ ਘਰ ਬਣਾ ਲਓ ਆਖੋ ਸਤਨਾਮ ਘਰ ਹੀ ਸੰਗਤ ਬਣਾ ਲਓ ਤੁਹਾਡੇ ਘਰ ਹੀ 4 ਸਰੀਰ ਨੇ 4 ਸਰੀਰ ਪਾਓ ਗੂੰਜਾਂ 4 40 ਦੀ ਆਵਾਜ਼ ਕੱਢੇ ਆਖੋ ਸਤਨਾਮ ਚਾਲੀਆਂ ਵਾਲਾ ਸਵਾਦ ਹੋਵੇ ਵਿੱਚ ਉਹ ਸਾਧ ਸੰਗਤ ਜੀ ਕਿ ਸੰਗਤ ਕੀਤੀ ਹੈ ਪਤਾ ਲੱਗ ਜਾਏ ਘਰ ਬੈਠੇ ਹੀ ਗੁਰੂ ਨਾਨਕ ਦੀ ਨਜ਼ਰ ਮਾਣੀ ਹੈ ਲੱਖ ਲੱਖ ਸ਼ੁਕਰਾਨੇ ਸਤਿਗੁਰਾਂ ਦੇ ਅੱਜ ਦੇ ਜਿਹੜੇ ਪ੍ਰਸ਼ਾਦ ਦੀ ਸੇਵਾ ਉਹ ਪਟਿਆਲੇ ਤੋਂ ਬੀਬੀ ਬਲਜੀਤ ਕੌਰ ਜੀ ਵੱਲੋਂ ਸਾਰੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਸਤਿਗੁਰਾਂ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਉਹਨਾਂ ਪਾਸੋਂ ਲੁਧਿਆਣੇ ਤੋਂ ਬੀਬੀ ਤ੍ਰਿਪਤ ਕੌਰ ਜੀ ਵੱਲੋਂ ਇਹ ਵੀ ਸ਼ੁਕਰਾਨੇ ਵੱਲੋਂ ਸਾਧ ਸੰਗਤ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਲਈ ਵੱਡੇ ਦਿਹਾੜੇ ਦੇ ਵਿੱਚ ਮਹਾਰਾਜ ਨੇ ਪ੍ਰਸ਼ਾਦ ਦੀ ਸੇਵਾ ਲਈ ਹੈ ਬੱਚਿਆਂ ਦੇ ਪਦਾਰਥ ਦੀ ਸੇਵਾ ਵਿੱਚ ਸਾਧ ਸੰਗਤ ਜੀ ਉਹ ਮਾਤਾ ਹਰਜੀਤ ਕੌਰ ਜੀ ਵੱਲੋਂ ਆਪਣੇ ਦੋਹਤਰੇ ਏਕਮਜੋਤ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਸਹਿਜ ਪਾਠ ਦੀ ਭੇਟਾ ਵੀ ਦਿੱਤੀ ਹੈ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਕਰਨ ਸਾਧ ਸੰਗਤ ਜੀ 11 ਤਰੀਕ ਨੂੰ ਰਹਿਣ ਸੁਭਾਈ ਆ ਰਹੀ ਹੈ ਔਰ ਸੰਗਤ 'ਚ ਬਹੁਤ ਉਤਸ਼ਾਹ ਪਿਛਲੀ ਵਾਰੀ ਵੀ ਬੜੀਆਂ ਥਾਵਾਂ 'ਤੇ ਬੜੀਆਂ ਸੰਗਤਾਂ ਨੇ ਸਾਧ ਸੰਗਤ ਜੀ ਇਕੱਠੇ ਬਹਿ ਕੇ ਨਾ ਇਕੱਠੇ ਬਹਿ ਕੇ ਇੱਦਾਂ ਜਿਵੇਂ ਅਸੀਂ ਇੱਥੇ ਇਕੱਠੇ ਬੈਠੇ ਹਾਂ ਇਕੱਠੇ ਬਹਿ ਕੇ ਪ੍ਰੋਜੈਕਟਰ ਲਾ ਕੇ ਉੱਥੇ ਲੰਗਰ ਦਾ ਇੰਤਜ਼ਾਮ ਸਾਰਾ ਕੁਛ ਸੌਖਾ ਨਹੀਂ ਹੁੰਦਾ ਇਹ ਮੈਂ ਕਹਿੰਦਾ ਕਈ ਥਾਵਾਂ 'ਤੇ ਇੱਦਾਂ ਸੰਗਤੀ ਤੌਰ 'ਤੇ ਜੇ ਰਹਿਣ ਸਭਾਈ ਹੋਵੇ ਤਾਂ ਸਾਧ ਸੰਗਤ ਮੈਂ ਕਹਿੰਦਾ ਆਨੰਦ ਹੀ ਕਿੰਨਾ ਵੱਧ ਜਾਵੇ ਇਹ 3 ਹਾਲੇ ਸਾਡੇ ਕੋਲ ਇਲਾਕੇ ਆਏ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੋਬਿੰਦਪੁਰਾ ਗੋਬਿੰਦਪੁਰੀ ਮੋਦੀ ਨਗਰ ਗਾਜ਼ੀਆਬਾਦ ਵਿਖੇ ਇਹ ਪ੍ਰੋਜੈਕਟਰ ਲੱਗ ਰਿਹਾ ਜੀ ਜਿਹੜੇ ਨੇੜੇ ਤੇੜੇ ਦੀਆਂ ਸੰਗਤਾਂ ਨੇ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚਿਓ ਇਕੱਠੇ ਬੈਠ ਕੇ ਸਾਧ ਸੰਗਤ ਜਿਹੜਾ ਰਸ ਆਉਂਦਾ ਬਹੁਤ ਕਾਨਪੁਰ ਤੋਂ ਜਿਹੜਾ ਸਾਡਾ ਸਿਮਰਨ ਸਾਧਨਾ ਪਰਿਵਾਰ ਉਹਨਾਂ ਵੱਲੋਂ ਸਾਧ ਸੰਗਤ ਜੀ ਗੁਰਦੁਆਰਾ ਕਾਲੀ ਮਠੀਆ ਸ਼ਾਸਤਰੀ ਨਗਰ ਕਾਨਪੁਰ ਕਾਲੀ ਮਠੀਆ ਗੁਰਦੁਆਰਾ ਸ਼ਾਸਤਰੀ ਨਗਰ ਕਾਨਪੁਰ ਸਾਧ ਸੰਗਤ ਜੀ ਇਹ ਜਿੰਨੀ ਕਾਨਪੁਰ ਦੀ ਸੰਗਤ ਹੈ ਬੇਸ਼ੱਕ ਭਾਵੇਂ ਆਪਣੇ ਆਪਣੇ ਘਰਾਂ 'ਚ ਆਪ ਜੀ ਵੇਖਦੇ ਹੋ ਪਰ ਜੇ ਇੱਕ ਥਾਂ 'ਤੇ ਇਕੱਠੇ ਹੋ ਕੇ ਆਨੰਦ ਮਾਣੋ ਉਹਦਾ ਜੇ ਬਕਾਇਦਾ ਪ੍ਰੋਜੈਕਟਰ ਲਾਇਆ ਜਾਂਦਾ ਲੰਗਰ ਰੱਖਿਆ ਜਾਂਦਾ ਅਤੇ ਆਪ ਜੀਆਂ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਟਾਂਡਾ ਯੂਪੀ ਦੇ ਵਿੱਚ ਅੰਬੇਡਕਰ ਨਗਰ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਇੱਥੇ ਵੀ ਪ੍ਰੋਜੈਕਟਰ ਲੱਗੇਗਾ ਜੀ ਅਤੇ ਨੇੜੇ ਤੇੜੇ ਦੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਸਾਰੇ ਪਹੁੰਚ ਕੇ ਆਪ ਜੀ ਲਾਹਾ ਪ੍ਰਾਪਤ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਇੱਕ ਮੈਂ ਬੇਨਤੀ ਹੋਰ ਕਰਦੇ ਹਾਂ ਜਿਹੜਾ ਨੀਚੇ ਹਸਪਤਾਲ ਸਤ ਸੰਗਤ ਉੱਪਰ ਆਪਾਂ ਜਿੱਥੇ ਬੈਠੇ ਹਾਂ ਇਹ ਭਾਈ ਦਇਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਚੈਰੀਟੇਬਲ ਹਸਪਤਾਲ ਹੈ ਇੱਕ ਡਿਪਾਰਟਮੈਂਟ ਹੋਰ ਨਵਾਂ ਖੁੱਲ੍ਹਣ ਲੱਗਾ ਗੁਰੂ ਸਾਹਿਬ ਦੀ ਕਿਰਪਾ ENT ਦਾ ENT ਦਾ ਜਿਹੜਾ ਡਿਪਾਰਟਮੈਂਟ ਸਤ ਸੰਗਤ ਉਹ 9:30 ਤੋਂ 10:30 ਇੱਕ ਘੰਟੇ ਲਈ 3 ਦਿਨ ਖੁੱਲ੍ਹੇਗਾ ਜੀ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਸੋਮਵਾਰ ਬੁੱਧਵਾਰ ਸ਼ੁੱਕਰਵਾਰ 3 ਦਿਨ ਡਾਕਟਰ ਸਾਹਿਬ ਆਉਣਗੇ 1 ਘੰਟੇ ਦੇ ਲਈ ENT ਦਾ ਡਿਪਾਰਟਮੈਂਟ ਗੁਰੂ ਸਾਹਿਬ ਦੀ ਕਿਰਪਾ ਇੱਥੇ ਭਾਈ ਦਇਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਆਪਣਾ ਚੈਰੀਟੇਬਲ ਹੋਸਪਿਟਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੀ ਇਹ 3 ਦਿਨ ਤੋਂ ਆਰੰਭ ਹੋਏਗਾ ਔਰ ਇਹ ਕਿਹੜੀ ਤਰੀਕ 13 ਤਰੀਕ ਤੋਂ ਬੇਨਤੀ ਹੈ ਅੱਜ ਮੇਰਾ ਖਿਆਲ ਹੈ ਸ਼ਾਇਦ 8 ਤਰੀਕ ਹੈ 13 ਤਰੀਕ ਤੋਂ ਸਾਧ ਸੰਗਤ ਜੀ 13 ਤਰੀਕ ਤੋਂ ENT ਦੇ ਡਾਕਟਰ ਵੀ ਇੱਥੇ ਆਉਣਗੇ ਆਪਣਾ ਤੁਸੀਂ ਲਾਭ ਲੈ ਸਕਦੇ ਹੋ ਸਾਰੀ ਸੰਗਤਾਂ ਕਾਨਪੁਰ ਤੋਂ ਗੁਰਮੁਖ ਪਿਆਰੇ ਸਰਦਾਰ ਅਮਰਜੀਤ ਸਿੰਘ ਜੀ ਇਹ 6-7 ਪ੍ਰਾਣੀ ਪਹੁੰਚੇ ਨੇ ਜੀਓ ਆਇਆਂ ਨੂੰ ਕਾਨਪੁਰ ਤੋਂ ਹੀ ਸਰਦਾਰ ਗਗਨਦੀਪ ਸਿੰਘ ਜੀ 3-4 ਪ੍ਰਾਣੀ ਪਹੁੰਚੇ ਨੇ ਜੀਓ ਆਇਆਂ ਨੂੰ ਅਤੇ ਇਹ ਬੜੈਚ UP ਤੋਂ ਗੁਰਮੁਖ ਪਿਆਰੇ ਸਰਦਾਰ ਮਨਜੀਤ ਸਿੰਘ ਜੀ ਪਹੁੰਚੇ ਨੇ ਜੀਓ ਆਇਆਂ ਨੂੰ ਅੱਜ ਸਾਧ ਸੰਗਤ ਬੁੱਧਵਾਰ ਹੈ ਅਤੇ ਆਪ ਜੀ ਨੂੰ ਪਤਾ ਹੀ ਹੈ ਕਿ ਬੁੱਧਵਾਰ ਦੇ ਸਮਾਗਮ ਹਰ ਬੁੱਧਵਾਰ ਗੁਰੂ ਸਾਹਿਬ ਇੱਥੇ ਸੇਵਾ ਲੈਂਦੇ ਨੇ ਪਿਛਲੇ 2 ਬੁੱਧਵਾਰ ਸੇਵਾ ਨਹੀਂ ਹੋ ਸਕੀ ਤਬੀਅਤ ਖਰਾਬ ਹੋਣ ਦੇ ਕਾਰਨ ਅਤੇ ਜਿਵੇਂ ਸਤਿਗੁਰ ਦੀ ਮੌਜ ਸੀ ਹੁਣ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਅੱਜ ਬੁੱਧਵਾਰ ਹੈ 4:30 ਤੋਂ 6:30 ਜਿਹੜੀ ਸੰਗਤਾਂ ਨਹੀਂ ਪਹੁੰਚ ਸਕਦੀਆਂ ਆਪ ਜੀ ਲਾਈਵ ਦੇ ਵਿੱਚ ਆਨੰਦ ਮਾਣਿਓ ਪਰ ਲੁਧਿਆਣੇ ਦੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਭਾਈ ਤੁਸੀਂ ਜ਼ਰੂਰ ਪਹੁੰਚਿਓ ਜ਼ਰੂਰ ਇੱਕ ਦਿਨ ਤਾਂ ਪੱਕਾ ਕਰ ਲਓ ਜੀ ਬੁੱਧਵਾਰ ਸਮਾਗਮ 'ਚ ਜਾਣਾ ਹੀ ਜਾਣਾ
ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਇਹਦੀਆਂ ਰਿਕਾਰਡਿੰਗਾਂ ਹੁੰਦੀਆਂ ਨੇ ਉਹ ਫਿਰ ਚੈਨਲਾਂ 'ਚ ਚੱਲਦੀਆਂ ਜਿਵੇਂ ਕੱਲ ਦਾਸ ਨੇ ਦੱਸਿਆ 8:30 to 10 ਇੱਕ ਓਂਕਾਰ ਚੈਨਲ ਦੇ ਵਿੱਚ ਇਹ ਕੀਰਤਨ ਸਮਾਗਮ ਜਿਹੜੇ ਬੁੱਧਵਾਰ ਰਿਕਾਰਡ ਹੁੰਦੇ ਨੇ ਫਿਰ 10 to 10:30 to 12 ਇਹ ਅੰਮ੍ਰਿਤ ਚੈਨਲ ਦੇ ਵਿੱਚ ਫਿਰ 1 to 2:20 ਤੱਕ 1 ਘੰਟਾ 20 ਮਿੰਟ 1 to 2:20 ਤੱਕ ਫਤਿਹ ਟੀਵੀ ਦੇ ਵਿੱਚ ਫਿਰ ਸਤਸੰਗ 405 ਚੈਨਲ ਹੈ ਉਹਦੇ 4 to 5:45 ਜਿਹੜਾ ਆਪਣਾ ਮਾਲਟਾਊਨ ਐਕਸਟੈਂਸ਼ਨ ਦਾ 4 to 5:45 ਪੌਣਾ ਘੰਟਾ ਉਹੀ ਰਿਪੀਟ ਰਾਤੀ ਹੁੰਦਾ 10 to 11:15 ਇਹ ਸਾਰੇ ਚੈਨਲਾਂ ਦੇ ਜਿਹੜੇ ਸਤਸੰਗ ਕੀਰਤਨ ਚੱਲਦੇ ਨੇ ਇਹ ਬੁੱਧਵਾਰ ਦੀ ਰਿਕਾਰਡਿੰਗਾਂ ਹੁੰਦੀਆਂ ਸੋ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਹ ਇੱਕ ਦਿਨ ਆਪ ਜੀ ਪੱਕਾ ਕਰੋ ਜਿਹੜੀ ਇੱਥੇ ਸੰਗਤਾਂ ਬੈਠੀਆਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਦਾਸ ਬੇਨਤੀ ਕਰ ਰਿਹਾ ਇੱਕ ਦਿਨ ਥੋੜ੍ਹਾ ਜਿਹਾ ਕੰਮਾਂ ਨੂੰ ਸੰਕੋਚ ਲਿਆ ਕਰੋ ਸਤਸੰਗ ਦਾ ਸਮਾਂ ਇੱਦਾਂ ਨਾ ਆਪਾਂ ਖੁੰਝਾਇਆ ਕਰੀਏ ਸਤਸੰਗ ਮਾਣ ਕੇ ਗੁਰੂ ਨਾਨਕ ਸਾਹਿਬ ਦੀ ਖੁਸ਼ੀਆਂ ਲਈਏ ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ 'ਚ ਬੇਨਤੀਆਂ ਲਾਈਏ ਸਾਰੇ ਕਿਰਪਾ ਕਰਿਓ ਬੋਲਿਓ ਜੀ ਲੇਖੇ ਵਿੱਚ ਲਾ ਲਓ ਜੀ ਇਹ ਜਨਮ ਤੁਮਾਰੇ ਲੇਖ ਸਾਰੇ ਬੋਲੋ ਲੇਖੇ ਵਿੱਚ ਲਾ ਲਓ ਜੀ ਇਹ ਜਨਮ ਤੁਮਾਰੇ ਲੇਖੇ ਵਿੱਚ ਲਾ ਲਓ ਜੀ ਇਹ ਜਨਮ ਤੁਮਾਰੇ ਮੈਨੂੰ ਆਪਦਾ ਬਣਾ ਲੋ ਗੋਲਾ ਧੰਨ ਗੁਰੂ ਅਰਜਨ ਦੇਵ ਜੀ ਮੈਨੂੰ ਆਪਦਾ ਬਣਾ ਲੋ ਗੋਲਾ ਲੇਖੇ ਵਿੱਚ ਲਾ ਲੋ ਜੀ ਇਹ ਜਨਮ ਤੁਮਾਰੇ ਲੇਖੇ ਵੱਡਾ ਦਿਹਾੜਾ ਹੈ ਅੱਜ ਮੰਗ ਲਈਏ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜੀ ਹੇ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਐਵੇਂ ਬਿਮਾਰੀਆਂ ਦੇ ਲੇਖੇ ਹੀ ਨਾ ਲੱਗ ਜਾਵੇ ਜਨਮ ਐਵੇਂ ਖੂਹ ਖਾਤੇ ਵਿੱਚ ਹੀ ਨਾ ਚਲਾ ਜਾਵੇ ਜਨਮ ਐਵੇਂ ਦੁਨੀਆ ਦੇ ਮੋਹ ਮਾਇਆ ਦੇ ਚਮਕ ਦਮਕ ਦੇ ਵਿੱਚ ਹੀ ਇਹ ਰੁੜ ਨਾ ਜਾਵੇ ਮੇਰਾ ਜਨਮ ਉਹ ਗਰੀਬ ਨਿਵਾਜ ਕਿਸੇ ਅਰਥ ਲੱਗ ਜਾ ਤੁਹਾਡੀਆਂ ਮਿਹਰਾਂ ਵਰਤ ਜਾਣ ਜੀਵਨ ਸਵਾਰ ਕੇ ਜਾਵਾਂ ਜੀਵਨ ਨਿਖਾਰ ਕੇ ਜਾਵਾਂ ਕਿਸੇ ਲੇਖੇ 'ਚ ਲਾ ਕੇ ਜਾਵਾਂ ਇਹ ਜੀਵਨ ਲੇਖੇ ਵਿੱਚ ਲਾ ਲੋ ਜੀ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜੀ ਆਹਾ ਜਨਮ ਤੁਮਾਰੇ
राम कली महला तीजा नंद एक ओंकार सतगुर प्रसाद नंद पया मेरी माए सतगुरु मैं पाया ना पाया राग दंबर वार वरिया शब्द का बनाईया कह दान अनंद होवा सतगुरु मैं पाया ए अरदार हो तू मन मेरे दूग सब सारना अंगीकार हो सबना गला समरथ स्वामी सो क्यों मनो विसारे साचे साहे क्या नाही कथे रहे करना तेरे सदा सिफत सला तेरी नाम मन मसावे नाम जन के कह नानक सच्चे साहिब क्या नाही करते रे सच नाम मेरा आधार परेशान सुख मन आए वसे आज इच्छा सब हो जाई असा दा कुर्बान किता गुरविटो कह नानक सुनो बंदो शोध करो पे आरो राजा नाम मेरा आधार आज पंज दोस्त तो बस गीते गाल घटक मारिया तुरकारा पाया कह नानक का जुग हो दिक्कत अनहद वाजे आनंद नो बड़ पाकियो की पार ब्रह्म प्रभ पाया उतरे सगले सूरे दुख रोग संता वे उतरे संत साजन पे सर से पूरे गुर ते जान सुन के पुनीत गणवंतान गुर चरण लागे वाजे आहां तुरे सलोक दिवस रात दोय दाई दाया खेले सगल जगत जी करमी आपो आपनी के नेड़े के दूर नानक दे मुख उजले के ते झूठी नाल बोलो वाहेगुरु जी का खालसा वाहेगुरु जी की फतेह बोलो वाहेगुरु जी का खालसा वाहेगुरु जी की फतेह बख्शो शीश बुलाओ फतेह जी वाहेगुरु जी का खालसा वाहेगुरु जी की फतेह तू ठाकुर तुम पहे अरदास जियो पिंड सब तेरी रास तुम मात पिता हम बारक तेरे तुमरी कृपा में सुख कनेरे कोई न जाने तुमरा अंत ऊचे ते ऊचा भगवंत सगल समगरी तुमरे सूतर तारी तुम ते होए सो आज्ञाकारी तुमरी गत मित तुम ही जानी नानक दास सब जी की बिरथा होए सो गुर पै अरदास कर छोड़ सियाणप सगल मन तन अर्प धर अरदास ओंकार वाहेगुरु जी की फतेह शिव भगवती जी सहाय वार शिव भगवती जी की पातशाही दसवीं प्रथम भगवती सिमर कै गुरु नानक लई त्याए फिरंगद गुर ते अमरदास रामदास होए सहाय हर जन हर गोबिंद नो सिमरो श्री हर राय श्री हर कृष्ण त्याईए डिठे सब दुख जाए तेग बहादुर सिमरिय करनौ निधा वै ताए सिथाई होए सहाय दसवें पातशाह साहेब श्री गुरु गोबिंद सिंह जी महाराज पंथ देवाली सिथाई होना जी सहाय दसां पातशाहां जी की जोत श्री गुरु ग्रंथ साहिब जी दे पाठ दीदार दा ध्यान धर के बोलो जी पंजा प्यारियां चौहा साहिबजादे चाली मुक्ते हठियां जपियां तपियां जिना नाम जपिया वंड छकिया देख चलाई तेग वाही देख के अंडट कीता तिना प्यारियां सचियारियां दी पवित्र कमाई दा ध्यान धर के बोलो जी
जिन्ना सिंघा सिंघणिया ने धर्म हेठ शीस दिते बंद बंद कटाए खोपरियां लहाइया चरखड़िया ते चढ़े तनारिया नाल चिराए गए गुरुद्वारिया दी सेवा लई कुर्बानियां कीतियां धर्म नहीं हारिया सिखी के सस वासा नाल निभाई तिन्हां दी पवित्र कमाई दा ध्यान करके बोलो जी पंजां तख्तां सरबत गुरुद्वारियां गुरुधामां जी दा ध्यान करके बोलो जी प्रथमे सरबत खालसा जी की अरदास है जी सरबत खालसा जी को वाहे गुरु वाहे गुरु वाहे गुरु नाम चितावै चितावन का सबका सर्प सुख होए जहां जहां खालसा जी साहेब तहां तहां रचिया रियायत देख देख फते विरद की पैज पंथ की जीत श्री साहेब जी सहाय खालसा जी के बोल बाले बोलो जी पातशाह जी सिखानु सिखी दान केस दान रहत दान विवेक दान विसह दान भरोसा दान ताना सिरदान नाम दान शिमरसर साहेब जी के दर्शन इश्नान चौंकियां झंडे मुंगे जुगो जुग अटल धर्म का जयकार बोलो जी सिखा दा मन नीवा मत उची मत पादा राखा अकाल पुरख वाहिगुरु जी हे अकाल पुरख अपने पंथ दे सदा साई दा तार जियो श्री ननकाणा साहिब ते होर गुरुद्वारें गुरुधामां ते जिन्हां तो पंथ नूं छोड़िया गया है तिन्हां दे खुले दर्शन दीदार ते सेवा संभाल दा दान अपने प्यारे खालसा जी नूं बख्शो जी हे निमाणिया दे माण नितानिया दे ताण न्योटियां दी ओट न्यासरिया दे आसरे हे सच्चे ते सोहणे सर्व शक्तिमान धन गुरु नानक देव गोबिंद रूप धन 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 साहेब श्री गुरु ग्रंथ साहिब जी महाराज जी आप जी दे हजूर अरदास बेनती जोधड़ी है पातशाह जी आप जी दा रोम रोम तुश कराना आप जी ने बड़ी कृपा की आप तरस करके अमृत वेले अपने बच्चियां पासों सिमरन साधना दी सेवा लई धन धन साहेब श्री गुरु अर्जन देव साहिब महाराज जी आप जी दे गुरता गद्दी पुरब नूं मुख रखदे आप जी दे लाड़लियां आप जी दे लाड़लियां संगतां ने हाजरियां भरियां ने कृपा करनी सभना दी हाजरी दर प्रवान कर लैणा पातशाह जी आप साई होना आप पातशाह जी अपना नाम दा रंग साध दा संग बशके निवाजना चारे जागे चौहों जुगी पंचायण आपे होवा पातशाह जी आप जी ने आप कृपा करनी सब उम्मत आवण जावणी आपे ही नवा निरोवा तखत बैठा अर्जन गुरु सतगुर का खिवे चंदुआ पातशाह जी आप जी दे हजूर गुरमंत्र दे जाप मूल मंत्र दे जाप गुर शब्द दे जाप गुरमत विचारा छे पौड़े आनंद साहब की सेवा सच्चे पातशाह जी आप जी ने आप लई आप जी की पवित्र सेवा निभाउंदे आप जी दे अनजान बच्चियां पासों बेअंत भुलां हो गईआं होणगीआं होईआं भुलां बख्श लैणा अगे तो होर शुद्ध ते स्पष्ट बाणी पढ़न दा बल दिन बख्शना बाणी नूं कंठ करन दा बल दिन बख्शना अमृत वेले दे निधे जागणे बख्शने अपने पूरे सिमरन साधना परिवार नूं हमेशा चढ़दी कला विच रखना पातशाह जी कृपा करनी हर समा हर घड़ी हर पल अपनी यादां विच बिता लैणियां विसरना ही दातार अपना नाम देहो गुण गावां दिन रात नानक चाओ एहो ना विसरना ना विसारना ना भुलना ना भुलण आप जी दे दरों कुर वरसाई होई भाई दया निष्काम सत्संग सभन हमेशा चढ़दी कला च रखना सभा दे मुख सेवादार भाई साहब भाई गुरशरण सिंह जी दे सीस ते हमेशा मेर भरिया हथ रखना चढ़दी कला बख्शनी दे रोगता दे दान बख्शनी अपने दर घर दे निष्काम कीर्तनी पासों अपनी संगतां दी ते पंथ दी आप सेवा करवाउंदे रहना आप नाम जपवाउंदे रहना हर पख तो आप राखी करनी हर दीवान हर मैदान फतेह बशके निवाजना पातशाह जी आप जी लाड़लियां संगतां ने भाई साहब जी की चढ़दी कला वास्ते अते किसानां दे मोर्चे की सफलता वास्ते मूल मंत्र दे 3,32,168 जाप गुरमंत्र दे 17,12,18 जाप जपजी साहब जी दे 4,127 पाठ
ਪਈ ਸਾਹਿਬ ਜੀ ਦੇ 15948 ਪਾਠ ਦੀ ਸੇਵਾ ਆਪ ਜੀ ਨੇ ਆਪ ਲਈ ਕਿਰਪਾ ਕਰਨੀ ਬਾਣੀ ਸੱਚਖੰਡ ਦੀ ਸੱਚਖੰਡ ਵਿਖੇ ਪ੍ਰਵਾਨ ਕਰ ਲੈਣਾ ਜਿਹਨਾਂ ਜਿਹਨਾਂ ਸੰਗਤਾਂ ਨੇ ਬਾਣੀ ਪੜ੍ਹੀ ਹੈ ਬਾਣੀ ਪੜ੍ਹੀ ਦਾ ਫਲ ਉਹਨਾਂ ਦੀ ਝੋਲੀ ਵਿੱਚ ਪਾਉਣਾ ਨਾਮ ਦੀ ਵਾਲ ਲਗਾ ਕੇ ਰੱਖਣਾ ਆਪ ਏ ਰਾਮਤਾ ਵਰਸਾਣੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਮੇ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ ਭੋਗ ਲਗਾਓ ਸੀਤ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਆਪ ਜੀ ਕਿਰਪਾ ਕਰੋ ਆਪਣੇ ਲਾਹੇ ਹੁਕ ਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰੋ ਹੁਕਮਾਂ 'ਤੇ ਚੱਲਣ ਦੀ ਸੋਝੀ ਬਖਸ਼ੋ ਅੱਖਰ ਵਾਧਾ ਘਾਟਾ ਪੜਿਆ ਪੁਲ ਚੁੱਕ ਮਾਫ਼ ਕਰਨੀ ਸਰਬਤ ਦੇ ਕਾਰਜ ਰਾਸ ਕਰਨੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਅਕੀਰੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਣ ਜੋ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਣ ਜੋ ਬੋਲੇ ਸੋਨਿਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਇਓ ਸੋ ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਖਸਮ ਦੀ ਨੂਰ ਅਰਸੋ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਲੋਕ ਮਹਿਲਾ ਤੀਜਾ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਆ ਸਮਾਏ ਨਾਨਕ ਹੋ ਬਲਿਹਾਰੀ ਤਿਨ ਕੋ ਜੋ ਚੱਲਣ ਸਤਿਗੁਰ ਪਾਏ ਮਹਿਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਪਿਰਕੀ ਸਾਰ ਨਾ ਜਾਣੀ ਦੂਜੈ ਪਾਏ ਪਿਆਰ ਸਾਕ ਸੁਧ ਸਾਕੁ ਲਖਣੀ
नानक नारी विच कनार पौड़ी हर हर अपनी दया कर हर बोली बैणी हर नाम त्याई हर उचरा हर लाहा लैणी जो जपदे हर हर दिन सरात तिन्हों कुरबैनी जिना सतगुर मेरा प्यारा राधिया तिन जन देखा नैनी हो वारिया अपने गुरु को जिन मेरा हर सज्जन मिलिया सैनी जिना सतगुर मेरा प्यारा राधिया तिन जन देखा नैनी हो वारिया अपने गुरु को जिन मेरा हर सज्जन मिलिया सैनी वाहे गुरु जी का खालसा वाहे गुरु जी की फतेह।